ਰਜਿੰਦਰ ਮੁਕਤਸਰ ਜੋ ਮੇਨ ਇੰਜਨ ਵਿੱਚ ਇਸ ਟੌਪ ਦਾ ਪਲੇਅਰ ਮੈਂ ਵੇਖਿਆ ਆ, ਔਰ ਇਹਦੀ ਸਭ ਤੋਂ ਵੱਡੀ ਖਾਸੀਅਤ ਵੇਖੀ ਹੈ ਕਿ ਬਹੁਤ ਧੀਰਾ ਹੈ ਔਰ ਜੇ ਸਰੀਰ ਵੇਖੀਏ ਬੇਹੱਦ ਫਰਤੀਲਾ ਇਸ ਪਲੇਅਰ ਦਾ ਹੈਗਾ ਆ। ਔਰ ਇਸ ਪਲੇਅਰ ਦੀ ਇੱਕ ਖਾਸ ਗੱਲ ਵੇਖੀ ਹੈ ਮੈਂ ਜਿਹੜੀ ਕਿ ਇਹ ਕਦੀ ਦੇਸ਼ ਦੇ ਵਿੱਚ ਨਹੀਂ ਆਉਂਦਾ। ਸੋ ਮਨਜਿੰਦਰ ਕੀ ਸੋਚਦੇ ਆ ਇਹਦਾ ਮੈਚ ਕਿਸ ਤਰ੍ਹਾਂ ਲੱਗਾ? ਬਸ ਬਾਬੇ ਦੀ ਕਿਰਪਾ ਦਾ ਧੰਨਵਾਦ ਸਾਰੇ ਜੀ ਰਹੀਦਾ ਜੀ ਉੱਥੇ ਸ਼ੀਤਾ ਸਿੰਘਾਂ ਦੀ ਕਿਰਪਾ ਪੂਰੀ ਜੀ ਦਾ ਮੈਚ ਖੇਡ ਕੇ ਬੜੀ ਖੁਸ਼ੀ ਹੋਈ, ਬਾਬਿਆਂ ਦੀ ਮਿਹਰ ਰਹੀ, ਆਪਦਾ ਪੂਰਾ ਜ਼ੋਰ ਲਾਇਆ। ਤੁਸੀਂ ਵੇਖ ਰਹੇ ਕਿ ਭੋਲਾ ਪਾਲਾ ਜਿਹਾ ਪਲੇਅਰ ਆ, ਬੋਲਣ ਦੇ ਵਿੱਚ ਕਿੱਡਾ ਮਤਲਬ ਇਹ ਬੱਚਾ ਜਿਹਾ ਲੱਗਦਾ ਆ, ਪਰ ਇਹਦੀ ਗੇਮ ਵੱਲ ਵੇਖੀਏ ਤਾਂ ਐਡੀ ਸੁਥਰੀ ਗੇਮ ਸ਼ਾਇਦ ਕਿਸੇ ਨੇ ਹੋਰ, ਇਸ 'ਤੇ ਮੈਂ 3 ਦਿਨ ਤੋਂ ਮੈਚ ਵੇਖ ਰਿਹਾ ਕਿਸੇ ਨੇ ਐਡੀ ਸੁਥਰੀ ਗੇਮ ਨਹੀਂ ਖੇਡੀ, ਔਰ ਇੰਨਾ ਧੀਰਾ ਦਿਮਾਗ। ਮਨਜਿੰਦਰ ਜੀ ਹੁਣ ਪੜ੍ਹਾਈ ਕਰਦੇ ਕਿ ਜਾਂ? ਨਹੀਂ ਬਸ ਇੱਕ ਵੱਡੀ ਇਹ ਮੁਕਤਸਰ ਦੀ ਧਰਤੀ ਤੋਂ ਆ ਵੀਰੇ ਮਨਜਿੰਦਰ, ਬਾਬਾ ਨੌ ਸਿੰਘ ਦੀ ਸਮਾਧ ਚੱਪੇ ਰਹਿੰਦੇ ਆ ਵੀਰੇ, ਠੀਕ ਰਹਿੰਦਾ ਆ। ਹੋਰ ਕਬੱਡੀ ਚੰਗੀ ਲੱਗਦੀ ਖੇਡਣੀ ਸੀ? ਹਾਂਜੀ ਬਸ ਜੀ ਮਾਲਕ ਦੀ ਕਿਰਪਾ ਵਧੀਆ ਲੱਗਦੀ ਖੇਡਣੀ ਤਾਂ ਜੀ, ਬਹੁਤ ਚੰਗਾ ਹੈ ਸਭ ਕੁਛ ਵਧੀਆ। ਹਾਂਜੀ ਬਾਬਿਆਂ ਦੀ ਕਿਰਪਾ ਹੀ, ਤਾਂ ਇੰਨਾ ਸੁਭਾਅ ਕਿੱਥੋਂ ਮਿੱਠਾ ਲੋਕ ਤੁਹਾਨੂੰ ਮਿਲਿਆ ਆ? ਬਸ ਜੀ ਤੁਸੀਂ ਸਮਾਧ ਦੇ ਰਹੀ ਤਾਂ ਬਾਬਿਆਂ ਦਾ ਆਸ਼ੀਰਵਾਦ ਹੈ। ਅੱਛਾ ਅੱਛਾ ਸਿੰਘਾਂ ਦੀ ਕਿਰਪਾ ਹੀ, ਇੰਨਾ ਵਧੀਆ ਯਾਰ ਮਤਲਬ ਗੱਲ ਹੀ ਨਹੀਂ ਕਰਨ ਜਾ, ਛੋਟੇ ਜਿਹੇ ਬੱਚੇ ਨਾਲ ਗੱਲ ਕਰ ਰਹੇ ਹਾਂ। ਔਰ ਇਹ ਕੋਈ ਹੋਰ ਵੀ ਪਰਿਵਾਰ 'ਚ ਖੇਡਦਾ ਬੰਦਾ? ਨਹੀਂ ਮੈਂ ਹੀ ਖੇਡਦਾ ਜੀ। ਤੁਸੀਂ ਖੇਡਦੇ ਜੀ? ਹਾਂਜੀ ਹਾਂਜੀ। ਔਰ ਸਭ ਤੋਂ ਵੱਡੀ ਇਸ ਲੜਕੇ ਦੀ ਵੇਖਿਆ ਵੀ ਇਸ ਪਰਿਵਾਰ 'ਚ ਮੈਂ ਇਕੱਲਾ ਹੀ ਖੇਡਣਾ ਵਾ, ਕਿੱਥੋਂ ਝਟਕੇ ਮਿਲੀ ਫਿਰ ਕਬੱਡੀ ਦੀ? ਬਸ ਇੱਦਾਂ ਹੀ ਪਿੰਡ ਇੱਧਰੋਂ ਮਰਜ਼ੀ ਚਾਹੀਦਾ ਜੀ ਜੀ, ਵੇਖਦੇ ਰਹੀਦਾ ਜੀ ਬਾਬਿਆਂ ਦੀ ਕਿਰਪਾ ਹੋਗੀ। ਅੱਛਾ ਸੰਗਰੂਰ ਤੋਂ ਫਿਰ ਨੋਧੇ ਬਾਬੇ ਦਾ ਮਿੱਤਰ ਆਉਣਾ ਹੋਇਆ, ਇੱਥੇ ਕਿਸ ਤਰ੍ਹਾਂ ਗਏ? ਪਹਿਲਾਂ ਹੀ ਘਰਾਲੇ ਰਹੀਦਾ ਜੀ, ਉੱਥੋਂ ਫਿਰ ਪਤਾ ਲੱਗਿਆ ਜੀ ਬਾਬਿਆਂ ਦੀ ਅਕੈਡਮੀ। ਓਕੇ ਸਿੱਧਾ ਸਿੰਘ ਜੀ ਚਲੋ ਕਿਰਪਾ ਇੱਥੇ ਆ ਗਏ। ਸਿੱਧਾ ਸਿੰਘ ਕਿਰਪਾ ਖੁਰਾਕ ਰੂ ਕਿਹੋ ਜਿਹੀ ਰੱਖੀ ਦੀ ਆਪਣੀ? ਹਾਂਜੀ ਵਧੀਆ ਖੁਰਾਕ ਹੀ ਬਾਬੇ ਦਿੰਦੇ ਜੋ ਸਭ ਕੁਛ ਉੱਥੇ। ਅੱਛਾ ਜੋ ਬਾਬਿਆਂ ਦੀ ਖੁਰਾਕ ਆ ਜਿਹਨੂੰ ਕਹਿੰਦੇ ਆ ਵੀ ਉਹ ਮਾਸਾਹਾਰੀ ਨਹੀਂ ਗੀ, ਇਹ ਸ਼ਾਕਾਹਾਰੀ ਖੁਰਾਕ ਖਾਂਦੇ ਆ। ਹਾਂਜੀ ਹਾਂਜੀ। ਔਰ ਇਹ ਤੁਸੀਂ ਵੇਖਿਆ ਹੈ ਕਿ ਮਨਜਿੰਦਰ ਇੱਕ ਸ਼ਾਕਾਹਾਰੀ ਪਲੇਅਰ ਆ, ਔਰ ਇਹ ਉਹਨਾਂ ਜਿੱਦਾਂ ਕਿ ਕਹਿੰਦੇ ਨਾ ਹਾਥੀ ਘਾਹ ਖਾਂਦਾ ਔਰ ਕਿੱਡਾ ਤਗੜਾ ਹੁੰਦਾ ਆ, ਇਹ ਉਹੀ ਗੱਲਾਂ ਇਸ ਮੁੰਡੇ ਵਿੱਚ ਮੈਂ ਕਾਬਲੀਅਤ ਵੇਖੀ ਆ ਕਿ ਇੱਕ ਸ਼ਾਕਾਹਾਰੀ ਹੋਣ ਦੇ ਬਾਵਜੂਦ ਵੀ ਵਿਰਾਸਤਾ ਜਾ ਸਕਦਾ, ਛਕ ਲੈਂਦਾ ਹੋਣਾ ਕਿਤੇ ਨਾ ਕਿਤੇ। ਨਹੀਂ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਆ ਬਈ, ਕੋਈ ਇਹੋ ਜਿਹੀ ਗੱਲ ਨਹੀਂ ਆ। ਅਤੇ ਉਹ ਵੀਰ ਵੇਖਿਆ ਤੁਸੀਂ ਇਹ ਆਮ ਖੁਰਾਕਾਂ ਦੇ ਨਾਲ ਹੀ ਵੀਰ ਵੇਖਿਆ ਬਾਬਿਆਂ ਦੇ ਕੋਲ ਇੱਕ ਬਾਬਾ ਨੌ ਸਿੰਘ ਦੀ ਸਮਾਧ ਦੇ ਉੱਥੇ ਰਹਿੰਦਾ ਆ, ਔਰ ਐਂਡ ਕਹਿੰਦੇ ਬਾਬਾ ਜੀ ਸਾਰੀ ਕਿਰਪਾ ਇਹਦੇ ਫੁਰਤੀ ਸਰੀਰ 'ਚ। ਮਨਜਿੰਦਰ ਜੀ ਕਬੱਡੀ ਦਾ ਭਵਿੱਖ ਕਿਹੋ ਜਿਹਾ ਆਉਣ ਲੱਗਿਆ? ਹਾਂਜੀ ਵਧੀਆ ਜੀ, ਚਲੋ ਜਿਵੇਂ ਆਪਾਂ ਖੇਡੀਆਂ ਨੇ ਕਲੱਬਾਂ 'ਚ ਖੇਡਣਾ ਠੀਕ ਹੈ ਵਧੀਆ। ਹਾਂਜੀ ਹਾਂਜੀ ਕਿਰਪਾ ਜੀ ਬਾਬਿਆਂ ਦੀ ਖੇਡੀ ਜਾਈ ਜੀ, ਵਧੀਆ ਖੇਡੀ ਜਾਈ। ਤੁਹਾਨੂੰ ਕਿੰਨਾ ਲੱਗਦਾ ਕਿ ਅੱਜ ਜਿੰਨੇ ਵੀ ਪਲੇਅਰ ਖੇਡੇ ਆ ਸਾਰੇ ਬਗੈਰ ਕਿਸੇ ਦਵਾਈ ਦੇ ਜਾਂ ਇਹ ਸਟੀਰਾਇਡ ਨਾਲ ਵਰਤਿਆ ਹੋਊਗਾ? ਹਾਂਜੀ ਹਾਂਜੀ ਕਿਰਪਾ ਜੀ, ਚਲੋ ਜੀ ਸਟੀਰਾਇਡ ਨਹੀਂ ਵਰਤਦੇ ਪਲੇਅਰ ਹੁਣ ਵਰਤਦੇ ਬਸ ਆ, ਬਾਕੀ ਇਵੇਂ ਬਦਨਾਮ ਹੀ ਆ ਕੰਮ। ਹਾਂਜੀ ਹਾਂਜੀ ਉਹ ਤਾਂ ਲੋਕ ਜਿੰਨੇ ਮੋਨੀਆਂ ਗੱਲਾਂ ਪਲੇਅਰ ਬਹੁਤ ਸਾਫ਼ ਸੁਥਰੀ ਗੇਮ ਖੇਡਦੇ ਆ ਔਰ ਲੋਕ ਸਾਥ ਦਿੰਦੇ ਆ ਹੁਣ ਕਬੱਡੀ ਦਾ। ਹਾਂਜੀ ਹਾਂਜੀ ਬਸ ਅੱਜ ਮੈਂ ਵੇਖੀ ਟੂਰਨਾਮੈਂਟ ਹੀ ਕੀ ਆਉਣ ਵਾਲੇ ਸਮੇਂ ਸਰਕਾਰਾਂ ਕੋਈ ਇਹੋ ਜਿਹਾ ਇੱਕ ਉਪਰਾਲਾ ਕਰਨਗੀਆਂ ਕਿ ਏਸ਼ੀਆ ਵਿੱਚ ਜਾਂ ਇਹਨੂੰ ਓਲੰਪਿਕ ਲਈ ਲੈ ਕੇ ਜਾਣ? ਹਾਂਜੀ ਉਹ ਚਲੋ ਸਰਕਾਰਾਂ ਨੂੰ ਪਤਾ। ਇਹ ਕਿੰਨੀ ਸਾਦਗੀ ਵਾਲਾ ਪਲੇਅਰ ਤੁਸੀਂ ਵੇਖ ਰਹੇ ਜੀ ਕਿ ਉਹਦੇ ਦਿਲ 'ਚ ਕੋਈ ਮਤਲਬ ਇਹੋ ਜਿਹੀ ਗੱਲ ਹੈ ਨਹੀਂ, ਮਗਰ ਜੋ ਜ਼ੋਰ ਲਾਉਂਦਾ ਤਾਂ ਐਂ ਲੱਗਦਾ ਵੀ ਇਹਦੇ ਲਾਗੇ ਖਲੋਣਾ ਹੀ ਬੰਦਾ ਡਰਦਾ ਹੈਗਾ ਯਾਰ ਇਹ ਮਤਲਬ ਕੁਛ ਕਰ ਨਾ ਦੇਵੇ। ਔਰ ਪਲੇਅਰਾਂ ਦੀ ਇਹ ਖਾਸੀਅਤ ਹੁੰਦੀ ਆ ਕਿ ਇਹ ਜ਼ੋਰ ਵਿਖਾਉਂਦੇ ਆ ਮਗਰ ਇਹ ਸੁਭਾਅ ਦੇ ਬਹੁਤ ਮਿੱਠੇ ਹੁੰਦੇ ਆ, ਅਤੇ ਕੋਈ ਖਾਸ ਕੁਛ ਸੁਨੇਹਾ ਦਿਓ ਆਪਣੇ ਵੀਰਾਂ ਨੂੰ ਤਾਂਪੁਰ ਨੂੰ ਵੇਖੀਏ ਕਿੰਨਾ ਸ਼ਰਮੀਲਾ ਯਾਰ ਮੁੰਡਾ ਕਵਰ ਤਾਂ ਕਰਾ ਲਿਓ। ਸੋ ਵੀਰੇ ਤੁਸੀਂ ਵੇਖਿਆ ਕਿ ਮਨਜਿੰਦਰ ਜੋ ਕਿ ਇਹ ਮੁਕਤਸਰ ਦੀ ਧਰਤੀ ਤੋਂ ਆ, ਔਰ ਵੇਖੋ ਤੁਸੀਂ ਵੇਖਿਆ ਕਿੰਨਾ ਪਿਆਰਾ ਮੁੰਡਾ ਆ ਯਾਰ, ਔਰ ਇਹਦੀ ਗੇਮ ਜਿਵੇਂ ਅੱਜ ਜੱਲੂ ਪਰ ਖੇੜੇ ਧਰਤੀ ਦਾ ਜੇ ਅਗਰ ਕਿਸੇ ਨੇ ਮੇਲਾ ਲੁੱਟਿਆ ਆ ਤਾਂ ਉਹ ਮਨਜਿੰਦਰ ਸੰਗਰੂਰ ਅਤੇ ਮੁਕਤਸਰ ਦੀ ਧਰਤੀ ਤੋਂ ਆ ਜੋ ਬਾਬਾ ਨੌ ਦੇ ਸਮਾਂ 'ਤੇ ਖੇਡਦਾ ਆ। ਸੋ ਇਹਨੂੰ ਆਵਾਜ਼ੇ ਕੌਮ ਟੀ ਵੀ ਵੱਲੋਂ ਅਸੀਂ ਲੱਖ ਲੱਖ ਵਧਾਈ ਦਿੰਦੇ ਹਾਂ, ਔਰ ਅੱਜ ਦਾ ਇਹ ਹੀਰੋ ਆ, ਹੀਰੋ ਆਫ ਦਾ ਵਾਰ ਹੈਗਾ ਆ। ਔਰ ਵੀਰੇ ਤੈਨੂੰ ਲੱਖ ਲੱਖ ਵਧਾਈ, ਪਰਮਾਤਮਾ ਦੇ ਤੇਰਾ ਬਖਸ਼ ਰੱਖੇ। ਓਕੇ ਵੀਰੇ ਧੰਨਵਾਦ ਸਾਰੇ ਵੀਰਾਂ ਦਾ। ਸਾਡੇ ਨਾਲ ਇਸ ਵੇਲੇ ਖੜਾ ਪਰਮਜੀਤ ਛੱਜਲ ਵੱਡੀ, ਬੇਹੱਦ ਫੁਰਤੀਲਾ ਪਲੇਅਰ ਆ, ਔਰ ਤੁਸੀਂ ਰੇਡ ਕਰਦੇ
ਹਾਂਜੀ ਰੇਟਾ ਰੇਟ ਕਰਦਾ ਹੈ, ਬਹੁਤ ਫਰਤੀਲਾ ਪਲੇਅਰ ਹੈ ਔਰ ਜੋਬਨ ਯੂਐਸਏ ਜਿਹੜੀ ਕਲੱਬ ਹੈਗੀ ਆ ਉਹਦੇ ਵਿੱਚ ਖੇਡਦਾ ਆ ਔਰ ਇਹਦੇ ਨਾਲ ਗੱਲਬਾਤ ਕਰਦੇ ਹਾਂ। ਜੋਬਨ ਜੀ ਤੁਸੀਂ ਪੜ੍ਹਾਈ ਕਰਦੇ? ਹਾਂਜੀ ਭਾਅ ਜੀ ਪਲੱਸ ਟੂ ਤੱਕ ਪੜ੍ਹਾਈ ਕਰੀ ਆ। ਪਲੱਸ ਟੂ ਕਰਦੇ? ਪਲੱਸ ਟੂ ਕਰਦੇ, ਹੁਣ ਪੜ੍ਹਾਈ ਕਰ ਲਈ ਆ। ਹਾਂਜੀ ਹਾਂਜੀ ਹੁਣ ਗੇਮ ਖੇਡਣੀ ਆ। ਹਾਂਜੀ ਗੇਮ ਹੀ ਖੇਡਿਆ ਕਰਨੀ ਆ। ਹਾਂਜੀ ਔਰ ਇਹ ਕਲੱਬ ਵੱਲੋਂ ਖੇਡਦੇ? ਹਾਂਜੀ ਯੂਐਸਏ ਓਪਨ ਕਲੱਬ ਵੱਲੋਂ। ਓਪਨ ਵੀ ਖੇਡ ਲੈਂਦੇ? ਹਾਂਜੀ ਓਪਨ ਹੀ ਭਾਅ ਜੀ ਓਪਨ ਓਪਨ ਵੀ ਖੇਡਦੇ ਵੇਟ 'ਚ ਭਾਅ ਜੀ ਭਾਰ ਨਹੀਂ ਹੁੰਦਾ। ਓਕੇ ਓਪਨ 'ਚ ਹੀ ਖੇਡਦੇ ਆ, ਹੁਣ ਭਾਰ ਵਾਲਾ ਕੰਮ ਖਤਮ ਆ। ਹਾਂਜੀ ਹਾਂਜੀ ਹੁਣ ਵੱਡਿਆਂ 'ਚ ਖੇਡਣਾ। ਹਾਂਜੀ ਭਾਅ ਜੀ ਵੱਡੇ ਖੇਡਣਾ। ਕੀ ਕਬੱਡੀ ਬਾਰੇ ਕਹਿੰਦੇ ਜੀ? ਵੱਡੀ ਵਾਲੇ ਭਾਅ ਜੀ ਆਪਾਂ ਕਹਿੰਦੇ ਆ ਵੀ ਇੱਕ ਤੋਂ ਨਸ਼ਿਆਂ ਤੋਂ ਦੂਰ ਰਿਹਾ ਜਾਂਦਾ ਭਾਅ ਜੀ। ਹਾਂ ਹਾਂ ਕਿ ਨਹੀਂ ਭਾਅ ਜੀ, ਅਤੇ ਆਪਣੇ ਨਾਲੇ ਜਿਹੜੇ ਗਰੀਬ ਪਰਿਵਾਰ ਆ ਉਹਨਾਂ ਦੀ ਰੋਟੀ ਬਣੀ, ਰੋਜ਼ੀ ਰੋਟੀ ਚੱਲੀ ਜਾਂਦੀ। ਹਾਂਜੀ ਕਿੱਡੀ ਸੋਹਣੀ ਭਾਅ ਜੀ ਵੀ ਆਪਣੇ ਜਿੱਦਾਂ ਗਰੀਬ ਪਰਿਵਾਰ ਪਲੇਅਰ ਹੁੰਦੇ ਭਾਅ ਜੀ। ਕਿੱਡੀ ਸੋਹਣੀ ਵੀਰ ਨੇ ਗੱਲ ਕਹੀ ਆ ਕਿ ਜੇ ਸਰਕਾਰਾਂ ਅੱਜ ਨੌਕਰੀ ਦੇਣ ਤੋਂ ਅਸਮਰੱਥ ਹੋ ਗਈਆਂ ਆ ਔਰ ਵੀਰ ਕਹਿੰਦਾ ਹੈ ਕਿ ਜੇ ਉਹ ਸਾਡੀਆਂ ਆਪਣੀਆਂ ਖੇਡਾਂ ਆ ਅਤੇ ਇਹਦੇ ਵਿੱਚੋਂ ਵੀ ਜਿਹੜੇ ਗਰੀਬ ਪਰਿਵਾਰ ਆ ਉਹ ਅਗਰ ਚੰਗੇ ਪਲੇਅਰ ਆ, ਚੰਗੀ ਖੁਰਾਕ ਲਾਉਂਦੇ ਆ ਤਾਂ ਉਹ ਰੋਟੀ ਜ਼ਿੰਦਗੀ ਖਾ ਪੀ ਸਕਦੇ ਆ। ਇਹ ਸਰਕਾਰਾਂ ਨੂੰ ਵੀ ਸੋਚਣਾ ਹੋ ਪਊਗਾ ਇੱਕ ਦਿਨ ਨੂੰ ਕਿ ਇਹ ਜੋ ਇੱਕ ਤੁਹਾਡੇ ਨਾਗਰਿਕ ਨੇ ਤੁਹਾਨੂੰ ਵੋਟਾਂ ਪਾ ਕੇ ਬਣਾਉਂਦੇ ਆ, ਤੁਹਾਨੂੰ ਵੀ ਸੋਚਣਾ ਪਊਗਾ ਕਿਸੇ ਨਾ ਕਿਸੇ ਦਿਨ ਨੂੰ ਕਿ ਤੁਸੀਂ ਇਹਨਾਂ ਪਲੇਅਰਾਂ ਬਾਰੇ ਕਿਉਂ ਨਹੀਂ ਸੋਚਦੇ। ਕਬੱਡੀ ਦਾ ਭਵਿੱਖ ਕਿਹੋ ਜਿਹਾ ਆ ਭਾਅ ਜੀ? ਭਾਅ ਜੀ ਅੱਗੇ ਭਵਿੱਖ ਭਾਅ ਜੀ ਹੋਣ ਵਾਲਾ ਭਾਅ ਜੀ, ਚਲੋ ਜੀ ਜਿੱਦਾਂ ਆਪਾਂ ਕਹਿ ਸਕਦੇ ਹਾਂ ਹੁਣ ਭਾਅ ਜੀ ਬੋਲਣ ਨਹੀਂ ਆਉਂਦਾ ਭਾਈ, 5-5 ਹਜ਼ਾਰ ਜਿੱਦਾਂ ਦਿੱਤਾ ਨਾ ਆਉਣ ਵਾਲਾ ਸਮਾਂ ਜਿਹੜਾ ਉਹ ਵਧੀਆ ਹੋਊਗਾ। ਹਾਂਜੀ ਵਧੀਆ ਹੋਊਗਾ, ਨਸ਼ਿਆਂ ਤੋਂ ਮੁਕਤ ਹੋ ਜਾਊਗਾ ਪੰਜਾਬ। ਖੁਰਾਕਾਂ ਚੰਗੀਆਂ ਖਾਣੀਆਂ ਤਾਂ ਕਿਹੋ ਜਿਹੀਆਂ ਖੁਰਾਕਾਂ ਖਾਵੇ ਬੰਦਾ? ਖੁਰਾਕਾਂ ਭਾਅ ਜੀ ਦੇਸੀ ਘਿਓ ਖਾਵੇ, ਆਪਣਾ ਦਲੀਆ ਖਾਲੇ, ਜਿੱਦਾਂ ਵੀ ਆਪਾਂ ਦੁੱਧ ਪੀਵੇ ਆਪਣਾ, ਓਕੇ ਆਪਣਾ ਹਾਂਜੀ ਦੁੱਧ ਪੀਵੇ ਦਲੀਆ, ਇਹੋ ਜਿਹੀਆਂ ਚੀਜ਼ਾਂ ਖਾਵੇ। ਮਿਹਨਤ ਕਿੰਨੀ ਕਰਨੀ ਚਾਹੀਦੀ ਆ? ਭਾਅ ਜੀ ਮਿਹਨਤ ਜਿੰਨੀ ਵੀ ਕੀਤੀ ਜਾਵੇ ਉਨੀ ਥੋੜ੍ਹੀ, ਭਾਅ ਜੀ ਜਿੰਨੀ ਮਿਹਨਤ ਕਰਨੀ ਚਾਹੀਦੀ ਆ ਉਨੀ ਥੋੜ੍ਹੀ ਆ। ਹਾਂਜੀ ਹਾਂਜੀ ਤਾਂ ਇਹ ਪੜ੍ਹਾਈ ਯਾਨੀ ਕਿ ਕਬੱਡੀ ਵਾਸਤੇ ਪਲੱਸ ਟੂ ਹੋਵੇ ਕੋਈ ਗੱਲ ਨਹੀਂ, ਇੰਨੀ ਬੜੀ ਆ ਪਲੇਅਰ ਵਧੀਆ ਖੇਡਦਾ ਰਹਿੰਦਾ ਆ। ਠੀਕ ਆ, ਉਹਦੇ ਨਾਲ ਪਿੰਡ ਵਾਲੇ ਸਾਥ ਦਿੰਦੇ ਆ? ਹਾਂਜੀ ਹਾਂਜੀ ਪਿੰਡ ਵਾਲੇ ਭਾਅ ਜੀ ਦਿੰਦੇ ਆ ਸਾਥ, ਪਿੰਡ ਵਾਲੇ ਬਹੁਤ ਸਾਥ ਦਿੰਦੇ ਆ। ਕਲੱਬਾਂ ਵੀ ਮਦਦ ਕਰਦੀਆਂ? ਹਾਂਜੀ ਭਾਅ ਜੀ ਕਰ ਪਈਆਂ ਕਲੱਬਾਂ ਮਦਦ, ਕਲੱਬਾਂ ਮਦਦ ਕਰਦੀਆਂ ਆ ਜਿਸ ਤਰ੍ਹਾਂ ਕੋਈ ਬਾਬਿਆਂ ਕੋਲ ਖੇਡਦੇ ਆ ਜਾਂ ਇਹ ਸਾਰੇ ਇਹਨਾਂ ਥਾਵਾਂ ਵਧੀਆ ਖੁਰਾਕਾਂ ਮਿਲਦੀਆਂ? ਹਾਂਜੀ ਵਧੀਆ ਖੁਰਾਕਾਂ ਮਿਲਦੀਆਂ, ਖੁਰਾਕ ਵਧੀਆ ਮਿਲਦੀ ਆ, ਖੁਰਾਕ ਵਧੀਆ ਮਿਲਦੀ ਆ। ਆਉਣ ਵਾਲੇ ਸਮੇਂ 'ਚ ਅਗਲੇ ਆਪਣੇ ਵੀਰਾਂ ਨੂੰ ਕਹਿਣਾ ਚਾਹੋ ਕੀ ਕਹੋਗੇ? ਆਉਣ ਵਾਲੇ ਸਮੇਂ 'ਚ ਭਾਅ ਜੀ ਆਪਾਂ ਇਹ ਹੁੰਦੇ ਆਪਣੇ ਨਸ਼ਿਆਂ ਤੋਂ ਦੂਰ ਰਹੋ ਭਾਅ ਜੀ, ਜੇ ਖੇਡ ਵੱਲ ਧਿਆਨ ਦਿਓ ਜੀ, ਖੇਡ ਵੱਲ ਧਿਆਨ ਦਿਓ। ਠੀਕ ਹੈ, ਕਿੱਥੋਂ ਤੱਕ ਖੇਡਣ ਜੀ ਕਰਦਾ, ਕਿਹੋ ਜਿਹਾ ਪਲੇਅਰ ਬਣਨ ਜੀ ਕਰਦਾ? ਮੈਂ ਤਾਂ ਫੈਨ ਭਾਅ ਜੀ ਲੁੱਦੜ ਦਾ ਵੀ ਹਾਂ। ਅੱਛਾ, ਸੰਦੀਪ ਲੁੱਦੜ ਭਾਅ ਜੀ, ਸੰਦੀਪ ਲੁੱਦੜ ਤੁਸੀਂ ਫੈਨ ਜੇ? ਹਾਂਜੀ ਹਾਂਜੀ ਓਕੇ। ਅਗਰ ਤੁਹਾਡਾ ਕੋਈ ਜਾਫੀ ਮੰਨਣਾ ਹੋਵੇ ਤਾਂ ਤੁਹਾਨੂੰ ਕਿਹੜਾ ਚੰਗਾ ਲੱਗਦਾ? ਜਾਫੀ ਜਾਫੀ ਭਾਅ ਜੀ ਪਾਲਾ ਪਾਲਾ ਜਲਾਲਪੁਰ ਤੁਹਾਡਾ ਆਈਡੀਆ ਲਿਆ? ਹਾਂਜੀ ਹਾਂਜੀ, ਰੇਡਰ ਤੁਹਾਡਾ ਜਲਾਲ ਹੈਗਾ, ਰੇਡਰ ਹੈਗਾ ਤੁਹਾਡਾ ਓਡਾ ਦੱਸਿਆ ਤੁਸੀਂ? ਦੁੱਲਾ ਭਾਅ ਜੀ ਅਤੇ ਲੁੱਦੜ, ਦੁੱਲਾ ਅਤੇ ਲੁੱਦੜ ਜਿਹਾ। ਠੀਕ ਹੈ, ਇਹ ਤੁਹਾਨੂੰ ਚੰਗੇ ਲੱਗਦੇ ਆ ਔਰ ਤੁਹਾਡਾ ਵੀ ਜੀ ਕਰਦਾ ਕਿ ਮੈਂ ਉਹਨਾਂ ਨੂੰ ਕਿਸੇ ਦਿਨ ਖੇਡੂੰਗਾ? ਹਾਂਜੀ ਹਾਂਜੀ। ਸੋ ਤੁਸੀਂ ਵੇਖਿਆ ਕਿ ਹਰ ਪਲੇਅਰ ਵੇਖੋ ਇਹਨਾਂ ਦੇ ਭੋਲੇ ਭਾਲੇ ਸੁਭਾਅ ਹੁੰਦੇ ਆ ਔਰ ਕਿੰਨੀਆਂ ਆਸ਼ਾਵਾਂ ਦੇ ਨਾਲ ਉਹ ਖੇਡਦੇ ਆ ਕਿ ਆਉਣ ਵਾਲੀ ਜ਼ਿੰਦਗੀ ਜੇ ਸਰਕਾਰੀ ਨੌਕਰੀਆਂ ਨਹੀਂ ਤਾਂ ਆਪਾਂ ਇਹ ਖੇਡ ਕੇ ਆਪਣਾ ਘਰ ਬਾਰ ਦਾ ਰੋਟੀ ਪਾਣੀ ਚਲਾ ਸਕਦੇ ਆ ਔਰ ਆਪਣਾ ਸ਼ੌਂਕ ਵੀ ਪੂਰਾ ਕਰ ਸਕਦੇ ਆ। ਜਿਨ੍ਹਾਂ ਨੇ 5 ਤੋਂ ਪੈਸੇ ਦਿੱਤੇ ਸੀ ਨਾ ਉਹ ਸਾਰੇ ਆਪਣਾ